ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਨਾ ਤੁਹਾਡੀ ਬਹੁਤ ਟਾਈਮ ਤੋਂ ਵੀਡੀਓਜ਼ ਦੇਖਦੀ ਆ ਰਹੀ ਹਾਂ ਅਤੇ ਅੱਜ ਨਾ ਮੈਂ ਤੁਹਾਡੇ ਤੋਂ ਇੱਕ ਸੁਜੈਸ਼ਨ ਲੈਣੀ ਸੀ ਜੀ। ਮੈਂ ਨਾ 50,000 ਆਪਣੇ ਨਾਲ ਲੈ ਗਈ ਹਾਂ ਅਤੇ ਮੈਂ ਨਾ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੀ ਹਾਂ। ਕਾਹਦਾ ਕੰਮ ਕਰਨਾ? ਮੈਂ ਆਪਣੇ ਕੱਪੜਿਆਂ ਦਾ ਕੰਮ ਸਟਾਰਟ ਕਰਨਾ ਚਾਹੁੰਦੀ ਹਾਂ। ਹਾਂਜੀ ਹਾਂਜੀ, ਸੂਟਾਂ ਦਾ ਕੰਮ ਸਟਾਰਟ ਕਰਨਾ ਚਾਹੁੰਦੀ ਹਾਂ 50,000 ਦੇ ਵਿੱਚ। ਸੋ ਤੁਸੀਂ ਬਹੁਤ ਜ਼ਿਆਦਾ ਮਸ਼ਹੂਰ ਨੇ ਇਹ। ਹਾਂਜੀ ਹਾਂਜੀ, ਔਰ ਫੈਕਟਰੀ ਹੈ ਇਹਨਾਂ ਦੀ, ਰੇਟ ਵੀ ਇਹਨਾਂ ਦੇ ਕਹਿੰਦੇ ਅੱਧੇ ਤੋਂ ਜ਼ਿਆਦਾ ਘੱਟ ਹੁੰਦੇ ਆ। ਭਾਜੀ ਕੀ ਹਾਲ ਹੈ ਜੀ? ਵਧੀਆ ਭਾਜੀ ਵਧੀਆ, ਤੁਸੀਂ ਸੁਣਾਓ। ਆ ਭਾਜੀ, ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਤੇ 50,000 ਰੁਪਇਆ ਲੈ ਕੇ ਆਏ ਨੇ। ਰੁਪਇਆ ਲੈ ਕੇ ਆਇਓ ਨਾਲ। ਅੱਛਾ, ਤੇ ਨਵਾਂ ਸੂਟਾਂ ਦਾ ਕੰਮ ਸ਼ੁਰੂ ਕਰਨਾ ਹੋਵੇਗੀ 50,000 ਰੁਪਏ ਨਾਲ ਚੱਲ ਜਾਂਦਾ? ਨਹੀਂ ਨਹੀਂ ਭਾਜੀ, 50,000 ਰੁਪਏ ਲਾਉਣ ਦੀ ਲੋੜ ਹੀ ਨਹੀਂ ਹੈ। 50,000 ਲਾਉਣ ਦੀ ਲੋੜ? ਨਾ ਨਾ ਨਾ, 50,000 ਰੁਪਏ ਬੱਚੇ ਲਾਉਣ ਦੀ ਲੋੜ ਨਹੀਂ ਹੈ। ਸਿਰਫ 15-20,000 ਰੁਪਏ ਨਾਲ ਆਪਣਾ ਕੰਮ ਸ਼ੁਰੂ ਕਰੋ, 15-20,000 ਨਾਲ ਤੁਹਾਡਾ ਕੰਮ ਬਹੁਤ ਵਧੀਆ ਚੱਲ ਪੈਣਾ ਵੈ। ਭਾਜੀ 15-20,000 'ਚ ਕਿੰਨੇ ਕੁ ਸੂਟ ਆਉਣਗੇ? ਭਾਜੀ ਕੀ ਗੱਲ ਕਰਦੇ ਹੋ, ਆਹ ਦੇਖੋ ਰੀਨਾ ਰਾਣੀ 18,250, ਐਡਾ ਵੱਡਾ ਪਾਰਸਲ ਹੈ, 150 ਵੱਡਾ ਨਗ ਜੀ। ਹਾਂ ਆਹ ਦੇਖੋ ਭਾਜੀ, ਇਹ ਆਹ ਦੇਖੋ ਜਸਵੰਤ ਸਿੰਘ 28,000, ਇਹ ਮਾਨਸਾ ਤੋਂ ਆਏ, ਐਡਾ ਵੱਡਾ ਪਾਰਸਲ। ਆਹ ਦੇਖੋ ਜੀ ਗੀਤਾ ਦੇਵੀ ਜੀ ਜੀਂਦ ਤੋਂ ਹਰਿਆਣੇ ਤੋਂ ਆਪਣੇ 19,300। ਇਹ ਜੰਮੂ ਤੋਂ ਸਾਡੇ ਕੋਲ 5-6 ਵਾਰੀ ਕਸਟਮਰ ਆ ਚੁੱਕੇ, ਕਮਲ ਕੁਮਾਰ 21,225 ਰੁਪਏ। ਭਾਜੀ ਵੀ ਤੁਹਾਡੇ ਕਹਿਣ ਦਾ ਮਤਲਬ ਕਿ ਨਵਾਂ ਕੰਮ ਸ਼ੁਰੂ ਕਰਨਾ 10-15,000 ਨਾਲ ਵੀ ਕਰ ਸਕਦੇ? ਭਾਜੀ ਬਹੁਤ ਵਧੀਆ, 10-15,000 ਨਾਲ ਕੰਮ ਸ਼ੁਰੂ ਕਰੋ। ਚੰਦ ਕੰਪਨੀਆਂ ਭਾਜੀ, ਆਹ ਦੇਖੋ ਆਹ ਸਾਡਾ ਸੂਟ ਹੈ 5 ਮੀਟਰ ਪੂਰਾ। ਅੱਛਾ ਜੀ, ਇਹ ਭਾਜੀ ਮੀਟਰ ਨਾਲ ਨਾਪ ਕੇ ਤੁਹਾਨੂੰ 5 ਮੀਟਰ ਸੂਟ ਮਿਲਣਾ ਜੀ। ਇਹ ਤੁਹਾਨੂੰ ਪੈਣਾ ਕਿੰਨੇ ਦਾ? 110 ਰੁਪਏ ਦਾ। 110 ਰੁਪਏ? 110 ਰੁਪਏ ਦਾ ਸੂਟ ਪੈਣਾ। 110 ਰੁਪਏ ਦੇ ਵਿੱਚ ਇਸ ਤਰ੍ਹਾਂ ਤੁਸੀਂ ਲੈਂਦੇ ਹੀ ਹੋਵੋਗੇ। ਬਾਜ਼ਾਰ 'ਚ ਕਿੰਨੇ ਕੁ ਦਾ ਸੂਟ ਵਿਕਦਾ ਭੈਣ ਜੀ? ਸਾਰੀ ਵਰਾਇਟੀ ਮਿਕਸ ਕਰਕੇ ਇਦਾਂ ਦਾ ਪੈਕੇਜ ਤਿਆਰ ਕਰ ਦੇਣਾ ਵਾ, ਔਰ ਤੁਸੀਂ ਆਰਾਮ ਨਾਲ ਜਾ ਕੇ ਸੇਲ ਕਰੋ। ਜਿੱਦਾਂ ਜਿੱਦਾਂ ਵਿਕੀ ਜਾਂਦਾ ਉਦਾਂ ਉਦਾਂ ਸਾਡੇ ਕੋਲ ਹੋਰ ਲਈ ਚਲੋ ਆ ਕੇ। ਆਪਾਂ ਫਿਰ ਹੋਰ ਵਰਾਇਟੀ ਵੀ ਦੇਖ ਲੈਣੇ ਇਹਨਾਂ ਕੋਲ ਕਿਸ ਤਰ੍ਹਾਂ ਦੇ। ਚਲੋ ਜੀ, ਮੈਂ ਤਾਂ ਬਹੁਤ ਖੁਸ਼ ਹੋ ਗਈ ਦੇਖ। ਨਹੀਂ ਆਜੋ ਜੀ, ਆਜੋ ਆਜੋ ਜੀ, ਸਾਡਾ 110 ਰੁਪਏ ਦਾ ਸੂਟ ਭਾਜੀ, ਇਹਦੇ 'ਚ 100 ਡਿਜ਼ਾਈਨ ਮਿਲ ਜਾਣਗੇ। ਇਹ ਬਹੁਤ ਸੋਹਣਾ ਆਰਟੀਕਲ ਹੈ ਜੀ, ਤੁਹਾਡਾ 350-350 ਆਰਾਮ ਨਾਲ ਸੇਲ ਹੋ ਜਾਣਾ ਵਾ। ਵਾਓ ਭਾਜੀ, ਮੇਰੇ ਤਾਂ ਇਹਦਾ ਨਾ 250 ਦਾ ਆਰਾਮ ਨਾਲ ਵਿਕ ਜਾਣਾ। ਤੁਸੀਂ ਮੈਨੂੰ ਇਹਦੇ ਨਾਲ ਦੇ ਨਾ ਪਲੀਜ਼ 20 ਸੂਟ ਕੱਢ ਕੇ ਦੇ ਦਿਓ ਜਿਹੜੇ ਵਿਕ ਜਾਣਾ। ਤੁਸੀਂ ਐਂ ਕਰੋ, ਸਾਰੀ ਵਰਾਇਟੀ ਦੇਖੋ, ਤੁਹਾਨੂੰ ਜਿਹੜਾ ਜਿਹੜਾ ਪਸੰਦ ਹੈ ਨਾਲ ਨਾਲ ਦੇਖੀ ਚੱਲਿਓ, ਤੁਹਾਨੂੰ ਮੈਂ ਸਾਰੀ ਵਰਾਇਟੀ ਦਿਖਾਉਣਾ ਜੀ। ਆ ਗਈ ਜੀ 110 ਵਾਲੀ, ਇੱਕ ਵਾਰ ਬੈਠ ਜਾਓ ਸਾਈਡ ਤੇ ਨਾ, ਜਿਹੜੇ ਤੁਹਾਨੂੰ ਪਸੰਦ ਆਣਗੇ ਸਾਰੇ ਕਢਵਾ ਤੁਸੀਂ ਨਾਲ ਨਾਲ ਦੇਖੀ ਚੱਲਿਓ ਜੀ। ਸਰ ਲੋ ਭਾਜੀ, ਇਹ ਉਸ ਤੋਂ ਬਾਅਦ ਆ ਗਈ ਜੀ ਇੱਕ ਆਈਟਮ ਜਿਹਦੇ ਨਾਲ ਤੁਸੀਂ ਫਰਾਕ ਬਣਾ ਸਕਦੇ ਹੋ, ਸੂਟ ਬਣਾ ਸਕਦੇ ਹੋ। ਇੱਥੇ ਜੋਰਜੱਟ 'ਚ ਕੱਪੜਾ ਆ ਗਿਆ ਜੀ। ਬਿਲਕੁਲ ਭਾਜੀ, ਬਿਲਕੁਲ ਜੋਰਜੱਟ 145 ਰੁਪਏ ਦਾ ਸੂਟ ਭਾਜੀ, ਸਿਰਫ ਹੀ 145 ਰੁਪਏ ਦਾ ਸੂਟ। ਡਿਜ਼ਾਈਨ ਭਾਜੀ ਇਹਦੇ 'ਚ 150-200 ਮਿਲ ਜਾਣਗੇ। ਤੁਹਾਡੇ ਵਾਲੀ ਗੱਲ, 15-20,000 ਰੁਪਏ ਦਾ ਜਿੰਨਾ ਮਰਜ਼ੀ ਮਾਲ ਲੈ ਲਓ ਭਾਜੀ, ਜਿੰਨਾ ਮਰਜ਼ੀ ਲੈ ਲਓ, 20,000 ਦਾ ਤੇ ਪੂਰਾ ਬਹੁਤ ਵੱਡਾ ਪਾਰਸਲ ਬਣ ਜਾਂਦਾ ਭਾਜੀ। ਅੱਛਾ, ਔਰ 150-200 ਸੂਟ ਦਾ ਪਾਰਸਲ ਬਣ ਜਾਣਾ ਵਾ। ਇਹ ਤਾਂ ਅੱਗੇ ਜਾ ਕੇ 250-300 ਰੁਪਏ ਦਾ ਵੀ ਸੇਲ ਹੋ ਜਾਂਦਾ ਭਾਜੀ। 300 ਰੁਪਏ ਦਾ ਤੇ ਆਰਾਮ ਨਾਲ ਵਿਕਦਾ ਜੀ ਹਰ ਕਾਊਂਟਰ ਤੇ, 300 ਰੁਪਏ ਰੰਗ ਡਿਜ਼ਾਈਨ ਦੇਖੋ ਕਿੰਨੇ ਯਾਰ ਭਾਜੀ, ਬਹੁਤ ਸੋਹਣੇ ਸੋਹਣੇ ਰੰਗ ਹੈ। ਮੈਂ ਕਹਿੰਦਾ 20 ਸੂਟ ਦੇ ਨਾਲ ਵੀ ਘਟਾ ਦਿੰਦੇ ਇਹਨਾਂ ਦੇ ਜੀ। ਬਿਲਕੁਲ ਜੀ, 20 ਸੂਟ ਆਪਾਂ ਇਹਨਾਂ ਨੂੰ ਇਹਨਾਂ ਨਾਲ ਵੀ ਦੇ ਦੇਣਾ, ਇਹਨਾਂ ਦਾ 350-350 ਦਾ ਵਿਕ ਜਾਣਾ। ਉਸ ਤੋਂ ਬਾਅਦ ਭਾਜੀ ਆ ਦੇਖੋ ਜੀ, ਸ਼ਾਲ ਸੂਟ ਆ ਗਏ ਸਾਡੇ ਕੋਲ ਜੀ। ਇਹ ਭਾਜੀ ਸਰਦੀਆਂ ਦੇ ਵਿੱਚ ਚੱਲ ਰਹੀਆਂ ਵਾ ਜੀ, ਇਹ ਸ਼ਾਲ ਸੂਟ ਭਾਜੀ ਤੁਹਾਨੂੰ ਦੇਣਾ ਆਪਾਂ 175 ਰੁਪਏ ਦਾ। 175 ਰੁਪਏ ਚ ਗਰਮ ਸੂਟ ਨਾਲ ਸ਼ਾਲ ਵੀ ਜੀ? ਹਾਂ ਜੀ ਬਿਲਕੁਲ, 175 ਰੁਪਏ ਦਾ ਦੇਣਾ ਭਾਜੀ, ਨਾਲ ਸ਼ਾਲ ਆ ਜਾਏਗੀ। ਦੇਖੋ ਭਾਜੀ ਆ ਦੇਖੋ ਸ਼ਾਲ, ਇਹਦੇ 'ਚ ਮੇਰੇ ਕੋਲ 100 ਡਿਜ਼ਾਈਨ ਮਿਲ ਜਾਣਗੇ ਭਾਜੀ। ਇਹ ਤਾਂ ਵੈਸੇ 300 ਰੁਪਏ ਦਾ, 250 ਰੁਪਏ ਦਾ, ਇਹਨੂੰ ਵੀ ਜਿਵੇਂ ਮਰਜ਼ੀ ਸੇਲ ਕਰੋ ਭਾਜੀ। 300 ਰੁਪਏ ਦਾ ਇਹ ਮੈਚਿੰਗ ਹੈ ਨਾ, ਇਹ 300 ਰੁਪਏ ਦਾ ਵਿਕਦਾ ਆਰਾਮ ਨਾਲ ਹੱਸ ਕੇ, ਨਾਲੇ 2-3 ਮਹੀਨੇ ਸੀਜ਼ਨ ਇਸ ਦਾ ਵੀ ਪਿਆ। ਬਿਲਕੁਲ ਬਿਲਕੁਲ ਭਾਜੀ, 175 ਰੁਪਏ ਦਾ ਪੈਣਾ ਤੇ ਤੁਹਾਡਾ 300 ਦਾ ਵਿਕ ਜਾਣਾ ਇਹਨਾਂ ਦਾ। ਕੱਪੜਾ ਆ ਜਾਏਗਾ ਜੀ ਮਸਲੀਨ। ਅੱਛਾ ਜੀ, ਇਹ ਭਾਜੀ ਮਸਲੀਨ ਦਾ ਸੂਟ ਹੈ, ਬਾਜ਼ਾਰ 700-800 ਦਾ ਸੇਲ ਹੋ ਰਿਹਾ ਜੀ। ਆਪਾਂ ਲੈਣਾ ਜੀ 225 ਰੁਪਏ ਦਾ ਸੂਟ, ਸਿਰਫ ਹੀ ਸਿਰਫ ਭਾਜੀ 225 ਰੁਪਏ ਦਾ ਸੂਟ ਹੈ। ਮੈਂ ਸਿਰਫ ਇੱਕ ਇੱਕ ਡਿਜ਼ਾਈਨ ਦਿਖਾ ਰਿਹਾ ਜੀ। ਗੱਲ ਹੋਰ ਪੁੱਛਣਾ ਚਾਹੂੰਗਾ, ਕਿੰਨੇ ਰੁਪਏ ਬੰਦਾ ਲੈ ਕੇ ਆਵੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਹੈ? ਮੰਨ ਲਓ ਘਰੇ ਜਿਵੇਂ ਕੁੜੀਆਂ ਨੇ ਘਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਨੇ, ਕੋਈ ਟੀਚਰਸ ਨੇ ਉਹ ਪਾਰਟ ਟਾਈਮ ਕੰਮ ਕਰਨਾ ਚਾਹੁੰਦੀਆਂ ਨੇ, ਜਾਂ ਜਿਨ੍ਹਾਂ ਦੇ ਘਰ ਦੇ ਬਾਹਰ ਛੋਟਾ ਕਮਰਾ ਹੁੰਦਾ ਕੋਈ, ਉੱਥੇ ਕੰਮ ਕਰਨਾ ਚਾਹੁੰਦੇ ਨੇ, ਕਿੰਨੇ ਰੁਪਏ ਲੈ ਕੇ ਆਉਣ? ਭਾਜੀ 15,000 ਰੁਪਇਆ ਬਸ।
ਕਿੰਨੇ ਰੁਪਈਏ ਰੋਜ਼ ਦੀ ਇਨਕਮ ਸ਼ੁਰੂ ਹੋ ਜਾਂਦੀ ਹੈ? 2000 ਰੁਪਇਆ ਰੋਜ਼ ਦਾ ਜੀ। 15000 ਰੁਪਈਆ ਲਗਾ ਕੇ ਤੁਸੀਂ ਕਹਿੰਦੇ ਹੋ ਵੀ 2000 ਰੁਪਈਆ ਰੋਜ਼ ਦਾ ਬਣਨ ਲੱਗਾ? ਭਾਜੀ ਬਸ ਤੁਸੀਂ ਰੋਜ਼ ਜਿੰਨਾ ਕੱਪੜਾ 3-4 ਦਿਨ ਦਾ ਤੁਹਾਡਾ ਵਿਕਦਾ ਪਿਆ, ਤੁਸੀਂ ਨਾਲ ਨਾਲ ਸਾਡੇ ਕੋਲ ਲਈ ਚੱਲੋ, 2000 ਰੁਪਏ ਦੀ ਮੈਂ ਗਰੰਟੀ ਲੈਣਾ ਜੀ, 2000 ਰੁਪਏ ਰੋਜ਼ ਦਾ ਬਣ ਜਾਏਗਾ ਜੀ। 100 ਰੁਪਈਆ 150 ਰੁਪਈਆ ਇੱਕ ਸੂਟ, ਮਗਰ ਜਿਵੇਂ 225 ਰੁਪਏ ਤੁਸੀਂ ਇਸਦਾ ਮੈਨੂੰ ਰੇਟ ਦੱਸਿਆ, ਬਿਲਕੁਲ ਜੇ 400 ਰੁਪਏ ਦਾ ਹੀ ਵੇਚਤਾ ਤਾਂ 175 ਰੁਪਏ ਸੂਟ ਮਗਰ ਬਣ, ਬਿਲਕੁਲ ਭਾਜੀ ਸ਼ਾਮ ਤੱਕ 10 ਵੇਚਤਾ 2000 ਰੁਪਈਆ, ਬਿਲਕੁਲ ਭਾਜੀ 5-7-8 ਸੂਟ ਵੇਚ ਕੇ ਤੁਹਾਡਾ 2000 ਬਣ ਜਾਣਾ, ਔਰ 7-8 ਸੂਟ ਮਾਮੂਲੀ ਗੱਲ ਹੈ ਭਾਜੀ, ਅੱਜ ਕੱਲ੍ਹ ਹਰ ਲੇਡੀਜ਼ ਘਰ ਬੈਠੇ ਵੇਚ ਦਿੰਦੀ ਹੈ ਜੀ। ਅਤੇ ਕਿਸੇ ਨੇ ਮੰਨ ਲਓ ਇੱਕ ਵਾਰੀ ਆ ਕੇ ਤੁਹਾਡੇ ਕੋਲ ਵਰਾਇਟੀ ਦੇਖ ਲਈ, ਉਸ ਤੋਂ ਬਾਅਦ ਫੋਨ 'ਤੇ ਅਗਲੇ ਨੇ ਆਰਡਰ ਲਿਖਾਉਣਾ ਹੋਵੇ ਕਿ ਮਾਲ ਭੇਜ ਦਿੰਦੇ? ਬਿਲਕੁਲ ਜੀ ਬਿਲਕੁਲ, ਸਾਡੇ ਕੋਲ ਪੂਰੀ ਸੁਵਿਧਾ ਹੈ, ਪੂਰੀ ਫੈਸਿਲਿਟੀ ਵੀ ਸਾਡੇ ਕੋਲ, ਤੁਸੀਂ ਸਾਡੇ ਕੋਲ ਜੇ ਨਹੀਂ ਵੀ ਆ ਸਕਦੇ, ਤੁਹਾਡਾ ਕੱਪੜਾ ਵਿਕ ਗਿਆ ਹੈ, ਤੁਸੀਂ ਸਾਨੂੰ ਕਾਲ ਕਰੋ ਉੱਪਰ ਦਿੱਤੇ ਹੋਏ ਨੰਬਰ 'ਤੇ, ਅਸੀਂ ਤੁਹਾਨੂੰ ਸਪੈਸ਼ਲ ਵੀਡੀਓ ਕਾਲ 'ਤੇ ਕੱਪੜਾ ਦਿੰਦੇ ਹਾਂ। ਨਵਾਂ ਕੋਈ ਕੰਮ ਸ਼ੁਰੂ ਕਰਨਾ ਹੈ ਉਸਨੇ, ਨਾਲ ਨਾਲ ਤੁਸੀਂ ਵਰਾਇਟੀ ਵੀ ਦਿਖਾਈਓ, ਲੋ ਭਾਜੀ ਜਿਹੜੇ ਸਵਾਲ ਲੋਕਾਂ ਦੇ ਹੁੰਦੇ ਆ ਉਹ ਪੁੱਛ ਦਾਂਗਾ, ਬਿਲਕੁਲ ਜਿਵੇਂ ਆਹ ਸੂਟ ਕਿਸ ਰੇਟ ਦੀ ਆਈਟਮ ਹੈ? ਭਾਜੀ ਇਹ ਸਿਲਕ ਦਾ ਸੂਟ ਹੈ ਜੀ, ਇਹ ਬਹੁਤ ਸੋਹਣਾ ਸੂਟ ਹੈ, 500-600 ਰੁਪਏ ਦਾ ਬਾਜ਼ਾਰ 'ਚ ਵਿਕਦਾ, ਬੜੇ ਆਰਾਮ ਨਾਲ ਵਿਕਦਾ, ਆਪਾਂ ਲਾਣਾ ਭਾਜੀ 260 ਰੁਪਏ ਦਾ, ਸਿਰਫ ਹੀ 260 ਰੁਪਏ ਜੀ ਸਿਲਕ ਦਾ ਸੂਟ ਜੀ। ਉਸ ਤੋਂ ਬਾਅਦ ਕਿੰਨਾ ਸ਼ਾਨਦਾਰ, ਬਿਲਕੁਲ ਭਾਜੀ, ਉਸ ਤੋਂ ਬਾਅਦ ਆ ਦੇਖੋ ਜੀ ਇਦਾਂ ਦੇ ਬੁਟੀਕ ਦੇ ਸੂਟ। ਅੱਛਾ ਜੀ, ਆ ਲਓ ਭਾਜੀ ਇਦਾਂ ਦੇ ਬੁਟੀਕ ਦੇ ਸੂਟ ਆਪਾਂ ਭਾਜੀ ਤੁਹਾਨੂੰ ਦੇ ਦੇਣੇ ਆ, ਆ ਜਿਹੜੇ ਬਾਜ਼ਾਰ 'ਚ 6-6, 7-7 ਦਾ ਵਿਕਦਾ ਭਾਜੀ, ਇਹ ਤਾਂ ਕੱਪੜਾ ਵੀ ਬੜਾ ਵਧੀਆ, ਬਿਲਕੁਲ ਭਾਜੀ ਬਿਲਕੁਲ, ਆਪਾਂ ਭਾਜੀ ਦੇਣਾ ਸਿਰਫ 295 ਰੁਪਏ ਦਾ ਸੂਟ, ਸਿਰਫ ਹੀ ਸਿਰਫ 295 ਰੁਪਏ ਦਾ, ਦੁਪੱਟਾ ਭਾਜੀ ਨਾਲ ਕੱਟ ਵਰਗਾ ਆਏਗਾ, ਇਹ ਤਾਂ ਬਹੁਤ ਓਲੇ ਹੁੰਦੇ ਨੇ ਭਾਜੀ, ਬਹੁਤ ਭਾਜੀ, ਸਿੱਧਾ ਫੈਕਟਰੀ ਦੇ ਰੇਟ ਆ ਭਾਜੀ, ਪੂਰਨ ਚੰਦ ਫੈਕਟਰੀ ਵਾਲੇ ਆ, ਕੀ ਬਾਤ ਹੈ, ਆ ਦੇਖੋ ਇਹ, ਆ ਦੇਖੋ ਭਾਜੀ ਇਹ 295 ਰੁਪਏ, 295 ਰੁਪਏ ਦਾ ਸੂਟ ਆ ਭਾਜੀ, ਰੰਗ ਡਿਜ਼ਾਈਨ ਜਿਹੇ ਭਾਜੀ, ਰੰਗ ਵੀ ਬਹੁਤ ਹੈ, ਡਿਜ਼ਾਈਨ ਵੀ ਬਹੁਤ ਹੈ, ਕੀ ਬਾਤ ਹੈ, ਇਹ ਤਾਂ ਮੇਰੇ ਕੋਲ 500 ਰੁਪਏ ਦੇ ਜਾ ਕੇ ਸੇਲ ਲਾ ਦੇਣਾ ਭਾਜੀ, 500 ਰੁਪਏ ਦਾ ਲੋਕ ਖੋ ਖੋ ਕੇ ਲੈ ਕੇ ਜਾਣਗੇ ਭਾਜੀ, ਵੱਡੇ ਵੱਡੇ ਦੁਕਾਨਦਾਰ ਇਹਨੂੰ 800 ਦਾ ਵੇਚਦੇ ਆ, ਜੇ ਤੁਸੀਂ ਆ ਗੁੱਡੀਆਂ ਸਾਡੇ ਕੋਲ 500 ਦਾ, ਆ ਦੇਖੋ ਭਾਜੀ ਪਿਓਰ ਮਸਲੀਨ ਦਾ ਪਾਰਟੀ ਵੇਅਰ ਸੂਟ ਆ ਭਾਜੀ, ਬਹੁਤ ਸੋਹਣਾ ਆਰਟੀਕਲ ਹੈ, ਨਾਲ ਆਏਗਾ ਜੀ ਦੁਪੱਟਾ, ਤੇ ਰੇਟ ਕੀ ਹੁੰਦਾ ਜੀ ਇਹ ਭਾਜੀ? ਇਹਦਾ ਰੇਟ ਆਏਗਾ ਜੀ ਸਿਰਫ 350 ਰੁਪਏ, ਇੰਨੇ ਸਸਤੇ ਸੂਟ ਹੁੰਦੇ ਨੇ ਭਾਜੀ, ਫੈਕਟਰੀ ਦੇ ਰੇਟ ਨਾ ਇਹ, ਬਜ਼ਾਰਾਂ ਭਾਜੀ ਜਦੋਂ ਸਾਡੀ ਦੁਕਾਨ ਤੋਂ ਨਿਕਲਣਾ ਇਹ ਸੂਟ ਦੀ ਕੀਮਤ ਹੋ ਜਾਣੀ 800 ਰੁਪਈਏ, ਚਲੋ 600 ਰੁਪਏ ਦਾ ਵੀ ਵੇਚ ਲਓ ਜੀ, ਤਾਂ ਵੀ ਬਹੁਤ ਕਮਾਈ ਹੈ, ਬਿਲਕੁਲ ਬਿਲਕੁਲ ਭਾਜੀ, ਰੰਗ ਡਿਜ਼ਾਈਨ ਮੈਂ ਬਾਰ ਬਾਰ ਕਹਿ ਰਿਹਾ, ਮੈਂ ਸਿਰਫ ਇੱਕ ਇੱਕ ਦਿਖਾ ਰਿਹਾ ਵਾਂ, ਮੇਰੇ ਕੋਲ ਸਭ 'ਚ 40-40, 50-50 ਡਿਜ਼ਾਈਨ ਮਿਲ ਜਾਣਗੇ ਭਾਜੀ, 40-40, 50-50 ਡਿਜ਼ਾਈਨ ਹਰ ਚੀਜ਼ 'ਚ ਮੇਰੇ ਕੋਲ ਮਿਲ ਜਾਣਗੇ ਭਾਜੀ, ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਸਾਰੇ ਦੁਕਾਨਦਾਰ, ਬਹੁਤ ਸਾਰੇ ਛੋਟੇ ਦੁਕਾਨਦਾਰ ਭੈਣਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਘਰ ਤੋਂ ਲੇਡੀਜ਼ ਕੰਮ ਕਰਦੀਆਂ ਨੇ, ਔਰ ਅੱਜ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਵੀ ਬਣਾ ਲਈਆਂ, ਅਜੇ ਬਹੁਤ ਗਾਹਕ ਹੋਣਗੇ ਜੀ ਭਾਜੀ, ਬਹੁਤ ਗਾਹਕ, ਹਜ਼ਾਰਾਂ ਲੋਕ ਜੁੜੇ ਆ ਭਾਜੀ ਸਾਡੇ ਨਾਲ, ਹਜ਼ਾਰਾਂ ਲੋਕ, ਔਰ ਜਿਹੜਾ ਭੈਣ ਭਰਾ ਇੱਕ ਵਾਰੀ 15-20 ਹਜ਼ਾਰ ਨਾਲ ਕੰਮ ਸ਼ੁਰੂ ਕਰਦਾ ਨਾ ਭਾਜੀ, 2-3 ਮਹੀਨੇ ਦੇ ਵਿੱਚ ਉਹਨਾਂ ਦੀ ਸੈਟਿੰਗ ਇੰਨੀ ਕੁ ਵਧੀਆ ਹੋ ਜਾਂਦੀ ਹੈ, ਜਾਂ ਤਾਂ ਉਹਨਾਂ ਨੂੰ ਆਪਣੇ ਘਰੋਂ ਦੀ ਬਾਹਰ ਮਾਰਕੀਟ 'ਚ ਦੁਕਾਨ ਲੈਣੀ ਪੈ ਜਾਂਦੀ ਹੈ, ਜਾਂ ਫਿਰ ਉਹਨਾਂ ਨੂੰ ਆਪਣਾ ਦਾਇਰਾ ਵੱਡਾ ਕਰਨਾ ਪੈਂਦਾ ਕਮਰੇ ਦਾ, ਕਿਉਂਕਿ ਉਹਨਾਂ ਕੋਲ ਕਸਟਮਰ ਇੰਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਰੇਟ ਹੀ ਇੰਨੇ ਘੱਟ ਆ ਸਾਡੇ ਭਾਜੀ ਕਸਟਮਰ, ਅਤੇ ਅਗਰ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਤਾਂ ਤੁਸੀਂ ਵਪਾਰ ਕਰੋ, ਵਪਾਰ ਵੀ ਕਿੰਨਾ 15-20 ਹਜ਼ਾਰ ਭਾਜੀ, ਲੋਕ ਤਾਂ ਦੇਖੋ ਜੀ ਜਾਣ ਕੇ ਮਿਸਗਾਈਡ ਕਰਦੇ ਆ, ਲੱਖਾਂ ਰੁਪਏ ਲੱਗ ਜਾਣਗੇ ਤਾਂ ਸ਼ੁਰੂ ਹੋਏਗਾ, ਕੋਈ ਲੱਖਾਂ ਰੁਪਏ ਨਹੀਂ ਲਾਣੇ ਜੀ, ਤੁਸੀਂ 15,000 ਨਾਲ ਲੈ ਕੇ ਆਓ, ਅਸੀਂ 15,000 ਨਾਲ ਤੁਹਾਡਾ ਘਰ ਬੈਠੇ ਕੰਮ ਸ਼ੁਰੂ ਕਰਾਵਾਂਗੇ, ਕੀ ਬਾਤ ਹੈ ਜੀ, ਆਹ ਦੇਖੋ ਭਾਜੀ ਸਿਲਕ ਦਾ ਸੂਟ 15-1500 ਬਾਜ਼ਾਰ 'ਚ ਵਿਕਦਾ ਭਾਜੀ, ਇਹ ਤਾਂ ਬੜੇ ਆਰਾਮ ਨਾਲ ਵਿਕ ਜਾਂਦਾ, 1000 ਰੁਪਏ ਦਾ ਜਿਵੇਂ ਮਰਜ਼ੀ ਵੇਚ, ਬਿਲਕੁਲ ਬਿਲਕੁਲ ਭਾਜੀ 1200-1500 ਇੱਦਾਂ ਵਿਕਦਾ ਭਾਜੀ, ਆਪਾਂ ਲਾਣਾ 395 ਰੁਪਏ ਦਾ ਸੂਟ, ਸਿਰਫ ਹੀ 395 ਰੁਪਏ ਦਾ ਸੂਟ ਭਾਜੀ, ਕੱਟ ਵਰਗ ਦਾ ਦੁਪੱਟਾ ਭਾਜੀ, ਅਗਰ ਮੰਨ ਲਓ 395 ਦਾ ਲਿਆ ਕੇ 600 ਦੇ ਵਿੱਚ ਬੰਦੇ ਕੋਲ ਜਲਦੀ ਵੀ ਵਿਕ ਜਾਂਦਾ, ਫੇਰ ਲੈ ਜੇ ਆ ਕੇ ਜੀ ਭਾਜੀ, ਜੇ ਤੁਸੀਂ ਮੈਂ ਕਹਿੰਦਾ ਸਾਡੇ ਕੋਲ ਕੋਈ ਵੀ ਸੂਟ ਲੈ ਕੇ ਨਾ 250 ਰੁਪਏ ਸੂਟ ਮੁਨਾਫੇ ਦਾ ਰੇਟ ਰੱਖ ਦਿਓ ਉੱਪਰ ਜੀ, 200-250 ਰੁਪਏ ਦੇ ਹਿਸਾਬ ਨਾਲ ਤੁਸੀਂ ਰੋਜ਼ ਦੇ 20-25 ਸੂਟ ਆਰਾਮ ਨਾਲ ਵੇਚ ਲਓ, ਕੀ ਬਾਤ ਹੈ ਜੀ, ਅਗਰ ਤੁਹਾਡਾ ਵੀ ਮਨ ਹੈਗਾ ਵੀ ਤੁਸੀਂ ਆਪਣੇ ਵਧੀਆ ਜੀ, ਮੈਂ ਤੁਸੀਂ ਇੱਕ ਵਾਰੀ ਗੱਲ ਕਹੀ ਸੀ ਆਪਦੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜਾਉਣਾ, ਬਿਲਕੁਲ ਵਧੀਆ ਗੱਡੀਆਂ ਦੇ ਵਿੱਚ ਘੁੰਮਣਾ ਤਾਂ ਕੰਮ ਕਰਨਾ ਹੀ ਪੈਣਾ, ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਆਪਣੇ ਸੁਪਨੇ ਪੂਰੇ ਕਰਨੇ ਆ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ, ਵਧੀਆ ਸਕੂਲਾਂ 'ਚ ਪੜਨ, ਉਹਨਾਂ ਦਾ ਰੋਟੀ ਪਾਣੀ ਵਧੀਆ ਸੋਚਦੇ ਹੋ, ਤੇ ਤੁਹਾਨੂੰ ਆਪਣਾ ਬਿਜ਼ਨਸ ਕਰਨਾ ਪੈਣਾ ਹੈ, ਦੇਖੋ ਜੀ ਘਰ ਬੈਠੇ ਕੁਛ ਨਹੀਂ ਹੋਣਾ, 90% ਜਿਹੜੇ ਲੋਕ ਹੈ ਸੋਚ ਸੋਚ ਕੇ ਆਪਣਾ ਸਮਾਂ ਖਰਾਬ ਕਰਦੇ ਆ, ਲੇਕਿਨ ਭਾਜੀ 10% ਲੋਕ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕੁਛ ਕਰਨ ਦੀ ਚਾਹਤ ਰੱਖਦੇ ਆ, ਔਰ ਉਹ ਸਾਡੇ ਕੋਲ ਆਉਂਦੇ ਆ ਭਾਜੀ, ਔਰ ਕਾਮਯਾਬ ਵੀ ਹੁੰਦੇ ਹੋ, ਤੇ ਮੰਨ ਲਓ ਤੁਹਾਡੇ ਹਸਬੈਂਡ ਕੋਈ ਕੰਮ ਕਰਦੇ ਨੇ, ਜੋਬ ਕਰਦੇ ਨੇ, ਉਹਨਾਂ ਨੂੰ ਕਰੀ ਜਾਂਦੇ ਤੁਸੀਂ ਘਰ ਤੋਂ 15-20 ਹਜ਼ਾਰ ਨਾਲ ਕੰਮ ਸ਼ੁਰੂ ਕਰੋ ਨਾਲ ਦੀ ਨਾਲ, ਭਾਜੀ ਮੈਂ ਤਾਂ ਗਰੰਟੀ ਦਿੰਦਾ ਜੀ ਸਾਰਾ ਦਿਨ ਕੰਮ ਕਰਕੇ
ਜੇ ਕਿਸੇ ਦਾ ਹਸਬੈਂਡ ਜਾਂ ਬ੍ਰਦਰ ਕੰਮ ਕਰਦਾ ਸਾਰੇ ਦਿਨ 'ਚ ਕੰਮ ਕਰਕੇ 300-400 ਦਿਹਾੜੀ ਮਿਲਦੀ ਹੈ, ਤੁਸੀਂ ਇਹ 300-400 ਸਿਰਫ 2 ਸੂਟ ਵੇਚ ਕੇ ਬਣਾ ਲਓਗੇ ਸਿਰਫ 5 ਮਿੰਟ 'ਚ। ਮੈਂ ਕਈ ਵਾਰ ਇਸ ਤਰ੍ਹਾਂ ਦੇ ਵੀ ਲੋਕ ਦੇਖੇ ਨੇ ਜਿਹੜੇ ਪਹਿਲਾਂ ਕਦੇ ਜੋਬ ਕਰਦੇ ਸੀ, ਉਹਨਾਂ ਦੀ ਘਰ ਵਾਲੀਆਂ ਨੇ ਜਾਂ ਉਹਨਾਂ ਦੀ ਮਾਤਾ ਨੇ ਘਰ ਤੋਂ ਕੰਮ ਸ਼ੁਰੂ ਕੀਤਾ, ਬਾਅਦ 'ਚੋਂ ਆਪਣੀ ਨੌਕਰੀ ਛੱਡ ਕੇ ਉਹਦੇ ਨਾਲ ਬੈਠੇ ਹੁੰਦੇ ਨੇ। ਬਿਲਕੁਲ ਜੀ ਬਿਲਕੁਲ, ਕੰਮ ਹੈ ਤੁਹਾਨੂੰ ਜਿੱਦਾਂ ਕਿ ਭਾਅ ਜੀ ਕੰਮ ਵੱਧ ਜਾਂਦਾ, ਧਾਗੇ ਦੇ ਗਲੇਸ ਕਾਟਨ ਦੇ ਸੂਟ, ਘੱਟ ਵਰਗ ਦੇ ਦੁਪੱਟੇ ਨਾਲ ਭਾਅ ਜੀ, ਕੋਈ 800-800 ਦਾ ਸੂਟ ਵਿਕਦਾ ਭਾਅ ਜੀ, ਅਸੀਂ ਕਹਿੰਦੇ ਹਾਂ ਤੁਸੀਂ 500 ਦਾ ਵੇਚੋ, ਆਪਾਂ ਲਾਣਾ ਕਹਿੰਦੇ ਭਾਅ ਜੀ 325 ਰੁਪਏ ਦਾ, ਸਿਰਫ 325 ਰੁਪਏ ਦਾ ਭਾਅ ਜੀ, ਕੱਟ ਵਰਗ ਦਾ ਦੁਪੱਟਾ ਨਾਲ ਦੁਪੱਟੇ ਦੇ 500 ਦਾ ਵੇਚ ਕੇ ਵੀ 200 ਰੁਪਏ ਸੂਟ ਮਗਰ ਬਣ ਗਿਆ ਜੀ। ਬਿਲਕੁਲ ਜੀ ਬਿਲਕੁਲ, ਔਰ ਇਦਾਂ ਦੇ ਭਾਅ ਜੀ ਸਾਡੇ ਕੋਲ ਹਜ਼ਾਰਾਂ ਡਿਜ਼ਾਈਨ ਹੈ। ਵੀਡੀਓ 'ਚ ਤਾਂ ਆਪਾਂ ਦੇਖੋ 5-7 ਡਿਜ਼ਾਈਨ ਦਿਖਾ ਦਿੰਦੇ ਹਾਂ, ਜਿਵੇਂ ਅੱਜ ਕੱਲ੍ਹ ਲੋਹੜੀ ਦਾ ਤਿਉਹਾਰ ਹੈ, ਲੋਕਾਂ ਨੇ ਲੈਣ ਦੇਣ ਵਾਸਤੇ ਵੀ ਲੈਣੇ ਆ, ਫੰਕਸ਼ਨ ਵਾਸਤੇ ਵੀ ਲੈਣੇ ਆ, ਵੇਚਣ ਵਾਸਤੇ ਵੀ ਲੈਣੇ ਆ, ਇਹ ਜਲਦੀ ਵੇਚ ਜਾਂਦੇ। ਇਹ ਭਾਅ ਜੀ ਸਾਰੇ ਬੇਸ ਨਵੇਂ ਆ, ਇਹ ਭਾਅ ਜੀ ਬੰਬੇ ਦਾ ਬੇਸ ਹੈ, ਕੋਈ ਪਲੇਨ ਬੇਸ ਨਹੀਂ, ਜਕਾਰਡ ਬੇਸ ਹੈ ਭਾਅ ਜੀ। ਫਿਰ ਮਹਿੰਗਾ ਬਹੁਤ ਹੋਣਾ ਜੀ ਭਾਅ ਜੀ, ਮਹਿੰਗਾ ਸਾਡੇ ਕੋਲ ਤਾਂ ਸਸਤਾ ਭਾਅ ਜੀ, ਪੂਰਨ ਚੰਦ ਕੰਪਨੀ ਹੈ ਭਾਅ ਜੀ। ਇਹ ਰੇਟ ਕੀ ਹੋਣ ਵਾਲਾ ਇਹ ਭਾਅ ਜੀ? ਬਾਜ਼ਾਰ 'ਚ ਜ਼ਰੂਰ ਵਿਕਦਾ 650-700 ਰੁਪਏ ਦਾ। ਅੱਛਾ ਜੀ, ਆਪਣੇ ਕੋਲ ਭਾਅ ਜੀ 315 ਰੁਪਏ ਦਾ ਸੂਟ, 315 ਰੁਪਏ, 315 ਰੁਪਏ ਦਾ, ਇਹ ਤਾਂ 500 ਰੁਪਏ ਦਾ ਜੇ ਮਰਜ਼ੀ ਭਾਅ ਜੀ ਹੱਸ ਕੇ ਵਿਕੇਗਾ। 315 'ਚ ਦੇਖੋ ਜੀ ਸਾਰੀ ਲਾਈਨ ਲੱਗੀ ਵੀ ਹੈ, ਇਹਦੇ 'ਚ ਮੇਰੇ ਕੋਲ 60-70 ਡਿਜ਼ਾਈਨ ਸਾਰੇ 315 ਵਾਲੇ, ਸਾਰੇ 300। ਉਸ ਤੋਂ ਬਾਅਦ ਭਾਅ ਜੀ ਇੱਦਾਂ ਦੇ ਆ ਦੇਖੋ, ਸਲਵੋਸਕੀ ਵਰਗ ਵਾਲੇ ਸੂਟ। ਅੱਛਾ, ਇਸ ਤਰ੍ਹਾਂ ਦੇ ਸੂਟ? ਹਾਂ, ਜੋਰਜੱਟ ਦਾ ਸੂਟ ਭਾਅ ਜੀ, ਲੌਂਗ ਸੂਟ ਆ ਦੇਖੋ ਜੀ ਜੀ, ਸਾਰੀ ਮਿਕਸ ਵੈਰਾਈਟੀ ਕਰਕੇ ਬਣਾ ਦਈਏ ਪੂਰੀ ਦੀ ਪੂਰੀ। ਬਿਲਕੁਲ ਜੀ, ਆਪਾਂ ਇੱਦਾਂ ਹੀ ਕਰੀ ਜਾ, 15-15 10-10 ਸੂਟ ਮਿਕਸ ਕਰਕੇ ਵੈਰਾਈਟੀ ਬਣਾ ਦੇਣੀ ਹੈ। ਆ ਦੇਖੋ ਪਾਰਟੀ ਵੀਅਰ ਸੂਟ ਹੈ ਭਾਅ ਜੀ, 1000-1000 ਰੁਪਏ ਦਾ ਵਿਕਦਾ, ਆਪਾਂ ਲਾਣਾ 350 ਰੁਪਏ ਦਾ, ਸਿਰਫ ਹੀ 350 ਰੁਪਏ ਦਾ ਭਾਅ ਜੀ, 700 ਰੁਪਏ ਦਾ ਵੇਚ ਕਿਦਾਂ ਵੀ ਡਬਲ ਕਮਾਈ। ਡਬਲ ਭਾਅ ਜੀ, ਮੈਂ ਉਹੀ ਤਾਂ ਕਹਿ ਰਿਹਾ, ਡਬਲ ਭਾਅ ਜੀ, ਤਾਂ ਹੀ ਤਾਂ ਕਹਿੰਦਾ 15,000 ਦਾ ਗੁੱਡੀਆਂ ਨੇ, 30,000 ਰੁਪਇਆ ਭਾਅ ਜੀ ਹਫ਼ਤੇ 'ਚ ਬਣਾ ਲੈਣਾ, ਤੇ ਇਹਨਾਂ ਨੇ ਅਗਲੀ ਵਾਰ 30,000 ਲੈ ਕੇ ਆਣਾ। 50,000 ਰੁਪਏ ਦਾ ਆਪਾਂ ਇਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਹੀ ਨਹੀਂ, ਆਪਾਂ ਕਰਾਉਣਾ ਹੀ 15,000 ਨਾਲ ਹੈ। ਕਿੰਨੇ ਦਾ ਮਾਲ ਬਣ ਗਿਆ ਜੀ ਇਹਨਾਂ ਦਾ? ਭਾਅ ਜੀ ਇਹਨਾਂ ਦਾ ਮਾਲ ਬਣ ਗਿਆ ਜੀ ਚੇਤਨਾ ਸਮਰਾਲਾ, ਭਾਅ ਜੀ 13,400 ਦਾ ਪਾਰਸਲ ਬਣ ਗਿਆ ਜੀ ਇਹਨਾਂ ਦਾ। ਭਾਅ ਜੀ ਤੁਸੀਂ ਤਾਂ ਮੈਨੂੰ ਖੁਸ਼ੀ ਬਹੁਤ ਕਰਤਾ, ਮੈਂ ਕਿੱਥੇ 50,000 ਦੀ ਉਮੀਦ ਲੈ ਕੇ ਸੀ, ਤੁਸੀਂ ਮੈਨੂੰ ਇੰਨਾ ਜ਼ਿਆਦਾ ਮਾਲ 13,400 ਦਾ ਦੇ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ ਭਾਅ ਜੀ। ਗੁੱਡੀ ਕੋਈ ਗੱਲ ਨਹੀਂ, 13,000 ਦਾ 26,000 ਤੂੰ ਸਿਰਫ ਇੱਕ ਹਫ਼ਤੇ 'ਚ ਕਰ ਲੈਣਾ ਮਾਲ ਵੇਚ ਕੇ, ਅਗਲੀ ਵਾਰ ਤੇਰੇ ਹੱਥ 'ਚ 26,000 ਹੋਣਾ ਹੈ, ਤੂੰ ਕਹਿਣਾ ਭਾਅ ਜੀ 26,000 ਬਣ ਗਿਆ।